1342 अंग ते पावन पवित्र उपदेश सोलवां शब्द या भाव पहला शब्द है अष्टपदियां प्रारंभ हुई ने प्रभाती अष्टपदियां महला पहला विभास प्रभाती रला के राग गायन करना है। अष्टपदियां भाव अठ अठ पौड़ियां वाले शब्द प्रारंभ होए ने। हुण पहले पातशाह गुरु नानक देव जी प्रारंभ कर रहे ने एक ओंकार सतगुर प्रसाद सतगुरु जो है साडा कौन है। एक ओंकार गुरु नानक देव जी फरमाउंदे साडा ओंकार ही सतगुर है, प्रसाद उसे दी कृपा है। साडे सतगुरु गुरु नानक देव जी महाराज सच्चे पातशाह हन, साडे उत्ते प्रसाद है उन्हां दी कृपा है। एक ओंकार वाहिगुरु ने ही गुरु नानक रूप धारिया। इस प्रकार सतगुरु वचन करदे हन इह जीव संसार तों तरदा क्यों नहीं महाराज। ਤਾਂ ਸਤਿਗੁਰੂ ਜਵਾਬ ਦਿੰਦਿਆਂ ਫਰਮਾਉਂਦੇ ਹਨ ਭਾਈ ਇਹਦੇ ਮਨ ਦੇ ਅੰਦਰ ਦੁਬਿਧਾ ਪਈ ਹੋਈ ਹੈ, ਸੋ ਇਸ ਪ੍ਰਕਾਰ ਇਹ ਜੀਵ ਤਰਦਾ ਨਹੀਂ ਹੈ। ਆਓ ਆਪਾਂ ਇਸ ਦੁਬਿਧਾ ਦੀ ਜਾਣਕਾਰੀ ਲੈ ਲਈਏ ਅਤੇ ਦੁਬਿਧਾ ਦੀ ਨਿਵਿਰਤੀ ਵੀ ਜਿਵੇਂ ਹੁੰਦੀ ਆ ਉਵੇਂ ਕਰ ਲਈਏ। ਸਤਿਗੁਰੂ ਫਰਮਾਉਂਦੇ ਹਨ ਦੁਬਿਧਾ ਬੌਰੀ ਮਨ ਬੌਰਾ ਆਇਆ। ਸੋ ਜੋ ਹੈ ਦੁਬਿਧਾ ਰੂਪ ਮਾਇਆ ਜੋ ਬੌਰੀ ਹੈ ਝੱਲੀ ਹੈ ਜਾਂ ਇੱਕ ਅੱਖਰ ਹੁੰਦਾ ਸ਼ੁਦੈਣ, ਇਹ ਸ਼ੁਦੈਣ ਹੈ। ਇਸ ਕਰਕੇ ਜੀਵ ਦਾ ਮਨ ਵੀ ਸ਼ੁਦਾਈ ਹੋ ਗਿਆ, ਇਹਦੇ ਨਾਲ ਬੌਰਾਇਆ ਹੋ ਗਿਆ, ਝੱਲਾ ਹੋ ਗਿਆ ਜੀਵ। ਝੂਠਾ ਲਾਲਚ ਜਨਮ ਗਵਾਇਆ, ਲਪਟ ਰਹੀ ਫੁਨ ਬੰਧ ਨਾ ਪਾਇਆ। ਝੂਠੇ ਪਦਾਰਥਾਂ ਦੇ ਲਾਲਚ ਵਿੱਚ ਇਹਨੇ ਆਪਣੇ ਜਨਮ ਨੂੰ ਐਵੇਂ ਬੇਅਰਥੀ ਗਵਾ ਲਿਆ। ਸੋ ਅਜੇ ਵੀ ਜੀਵ ਨੂੰ ਮਾਇਆ ਲਪਟ ਰਹੀ ਹੈ, ਇਸ ਕਰਕੇ ਜੀਵ ਨੇ ਬੰਧ ਹੁੰਦਾ ਸੰਤੋਖ ਨਹੀਂ ਪਾਇਆ ਮਨ ਦੇ ਅੰਦਰ। ਸਤਿਗੁਰ ਰਾਖੇ ਨਾਮ ਦ੍ਰਿੜਾਇਆ, ਨਾ ਮਨ ਮਰੈ ਨਾ ਮਾਇਆ ਮਰੈ। ਜਿਨ੍ਹਾਂ ਨੂੰ ਨਾਮ ਦ੍ਰਿੜ ਕਰਵਾਇਆ ਉਹਨਾਂ ਨੂੰ ਸਤਿਗੁਰਾਂ ਨੇ ਮਾਇਆ ਵੱਲੋਂ ਰੱਖ ਲਿਆ। ਮਾਇਆ ਵੱਲੋਂ ਮਨ ਮਰਦਾ ਹੀ ਨਹੀਂ ਅਤੇ ਨਾ ਹੀ ਮਾਇਆ ਮਨ ਵੱਲੋਂ ਮਰਦੀ ਹੈ। ਇੱਕ ਦੂਜੇ ਨੂੰ ਚਿੰਬੜੇ ਹੀ ਰਹਿੰਦੇ ਨੇ, ਉਹ ਖਾ ਕੇ ਹੀ ਛੱਡਦੀ ਜੀਵ ਨੂੰ ਅਤੇ ਉਹ ਖਾ ਜਾਂਦੀ ਡਕਾਰ ਮਾਰਦੀ ਫਿਰ ਹੋਰ ਨੂੰ ਚਿੰਬੜ ਜਾਂਦੀ ਹੈ। ਇਸ ਪ੍ਰਕਾਰ ਇਸ ਆਪਣੀ ਰੂਪ ਮਾਇਆ ਖਾਈ ਜਾਂਦੀ ਹੈ। ਮਨ ਇਹਦਾ ਹੀ ਪੁੱਤਰ ਹੈ ਬਣਿਆ ਹੋਇਆ। ਸੋ ਇਸ ਪ੍ਰਕਾਰ ਸਪਣੀ ਆਪਣੇ ਬੱਚਿਆਂ ਨੂੰ ਜਿਵੇਂ ਚੱਟ ਚੱਟ ਕੇ ਖਾ ਜਾਂਦੀ ਹੈ, ਇਹ ਮਾਇਆ ਵੀ ਖਾ ਜਾਂਦੀ ਹੈ। ਸੁਭਾਵਕ ਹੀ ਹੈ, ਸੁਭਾਅ ਹੀ ਹੈ ਇਹਦਾ। ਸੁਭਾਵਕ ਹੀ ਸੱਪ ਫੁਕਾਰਾ ਮਾਰਦਾ, ਬੰਦੇ ਦਾ ਤਾਂ ਕੁੰਡਾ ਹੋ ਜਾਂਦਾ, ਸੱਪ ਦਾ ਕੋਈ ਵਿਗੜਦਾ ਹੀ ਨਹੀਂ। ਜਿਨ ਕਿਸ ਕੀ ਆ ਸੋਈ ਜਾਣੈ, ਸ਼ਬਦ ਵੀ ਚਾਰ ਭਾਉ ਸਾਗਰ ਤਰੈ ਰਹਾਓ। ਸੋ ਜਿਹਨੇ ਕੁਝ ਉੱਦਮ ਕੀਤਾ ਉਹੀ ਦੁਬਿਧਾ ਦੀ ਨਿਵਿਰਤੀ ਨੂੰ ਜਾਣਦਾ, ਜਿਹਨੇ ਕੋਈ ਜਪ ਤਪਾਦਕ ਸਾਧਨਾ ਨੂੰ ਕੀਤਾ ਉਹੀ ਪਰਮਾਤਮਾ ਨੂੰ ਜਾਣਦਾ। ਜਿਸ ਪਰਮਾਤਮਾ ਨੇ ਕੁਝ ਜਗਤ ਕੀਤਾ ਹੈ ਪੈਦਾ, ਉਹੀ ਇਹਦੀ ਪ੍ਰਤਿਪਾਲਨਾ ਕਰਨੀ ਜਾਣਦਾ। ਜੋ ਗੁਰ ਸ਼ਬਦ ਨੂੰ ਵਿਚਾਰਦਾ ਉਹ ਪੈਦਾ ਇੱਕ ਸੰਸਾਰ ਸਮੁੰਦਰ ਤੋਂ ਤਰ ਜਾਂਦਾ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ ਮਾਇਆ ਸੰਚ ਰਾਜੇ ਅਹੰਕਾਰੀ, ਮਾਇਆ ਸਾਥ ਨਾ ਚੱਲੈ ਪਿਆਰੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਮਾਇਆ ਨੂੰ ਸੰਚ ਹੁੰਦਾ ਇਕੱਠੀ ਕਰਕੇ ਰਾਜੇ ਲੋਕ ਹੰਕਾਰੀ ਹੋ ਰਹੇ ਨੇ, ਪਰ ਇਹ ਪਿਆਰੀ ਮਾਇਆ ਕਿਸੇ ਦੇ ਨਾਲ ਚੱਲਦੀ ਤਾਂ ਹੈ ਨਹੀਂ, ਪਈ ਤਾਂ ਇੱਥੇ ਹੀ ਰਹਿੰਦੀ ਹੈ, ਅੱਜ ਤੱਕ ਨਹੀਂ ਕਿਸੇ ਦੇ ਨਾਲ ਗਈ ਇਹ। ਇਸ ਕਰਕੇ ਜਦੋਂ ਨਾਲ ਹੀ ਨਹੀਂ ਜਾਣੀ ਫਿਰ ਇਹਨੂੰ ਇਕੱਠੀ ਕਾਹਦੇ ਲਈ ਕਰਨਾ। ਮਾਇਆ ਮਮਤਾ ਹੈ ਬਹੁਰੰਗੀ, ਬਿਨ ਨਾਵੈ ਕੋ ਸਾਥ ਨਾ ਸੰਗੀ। ਸੋ ਇਸ ਪ੍ਰਕਾਰ ਮਾਇਆ ਦੀ ਮਮਤਾ ਬਹੁਤ ਰੰਗਾਂ ਵਾਲੀ ਹੈ। ਮਾਇਆ ਦੀ ਮਮਤਾ ਕਰਕੇ ਇਹ ਜੀਵ ਬਹੁਰੰਗੀ ਹੋ ਰਿਹਾ। ਨਾਮ ਤੋਂ ਬਿਨਾਂ ਜੀਵ ਦਾ ਸੰਗ ਕੋਈ ਸਾਥੀ ਨਹੀਂ ਹੈ। ਜਿਉਂ ਮਨ ਦੇਖੈ ਪਰ ਮਨ ਤੈਸਾ, ਜੈਸੀ ਮਨਸਾ ਤੈਸੀ ਦਸਾ। ਜਿਹੋ ਜਿਹੇ ਪਦਾਰਥ ਨੂੰ ਮਨ ਵੇਖਦਾ ਪਰ ਤੋਂ ਭਾਵ ਭਲੀ ਪ੍ਰਕਾਰ ਇਹ ਮਨ ਉਸੇ ਪ੍ਰਕਾਰ ਉਸੇ ਪਦਾਰਥ ਵਰਗਾ ਹੀ ਹੋ ਜਾਂਦਾ। ਇਹ ਭਾਈ ਜਿਵੇਂ ਤੂੰ ਆਪਣੇ ਮਨ ਨੂੰ ਵੇਖਦਾ, ਜੇ ਕੋਈ ਕਬੂਲ ਬੋਲੇ ਤਾਂ ਦੁੱਖ ਹੁੰਦਾ, ਇਵੇਂ ਤੂੰ ਪਰ ਹੁੰਦਾ ਪਰਾਏ ਮਨ ਨੂੰ ਵੀ ਦੇਖਣਾ ਕਰ ਕਿ ਜੇ ਮੈਂ ਕੌੜੀ ਗੱਲ ਬੋਲਾਂਗਾ ਤਾਂ ਦੂਜੇ ਨੂੰ ਵੀ ਦੁੱਖ ਹੋਵੇਗਾ। ਸੋ ਜੀਵ ਦੀ ਜਿਹੋ ਜਿਹੀ ਮਨਸ਼ਾ ਵਾਸ਼ਨਾ ਹੁੰਦੀ ਹੈ ਤਿਹੋ ਜਿਹੀ ਇਹਦੀ ਦਸ਼ਾ ਭਾਵ ਹਾਲਤ ਹੋ ਜਾਂਦੀ ਹੈ। ਆਪ ਤਾਂ ਕਹਿੰਦਾ ਮੈਨੂੰ ਬੜਾ ਦੁੱਖ ਲੱਗਿਆ ਫਲਾਨੀ ਗੱਲ ਦਾ, ਅਤੇ ਜਦ ਦੂਜੇ ਨੂੰ ਦੁਖੀ ਕਰਦਾ ਉਦੋਂ ਨਹੀਂ ਦੁੱਖ ਲੱਗਦਾ ਉਹਨੂੰ। ਇੱਕੋ ਹੀ ਗੱਲ ਹੈ, ਤੇਰਾ ਮਨ ਹੋਇਆ ਕਿ ਉਹਦਾ ਹੋਇਆ, ਆਤਮਾ ਤਾਂ ਸਾਰਿਆਂ 'ਚ ਇੱਕੋ ਹੀ ਹੈ। ਦੂਜੇ ਨੂੰ ਤੰਗ ਕਰਕੇ ਖੁਸ਼ ਹੋਣਾ ਅਤੇ ਜੇ ਦੂਜਾ ਤੰਗ ਕਰੇ ਫਿਰ ਰੌਲਾ ਪਾਉਣਾ, ਇਹ ਸਾਨੂੰ ਤੰਗ ਕਰਦਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਸਾਰਿਆਂ ਅੰਦਰ ਮਨ ਉਹੀ ਚੀਜ਼ ਹੈ, ਤੇਰਾ ਮਨ ਵੀ ਉਹਦਾ ਮਨ ਵੀ ਆਤਮਾ ਇੱਕੋ ਹੀ ਗੱਲ ਹੈ। ਜਿਹਾ ਜਿਹਾ ਤੂੰ ਹੈ ਹਜੋ ਹੈ,
जैसा कर्म तैसी लिवला आवै, सतगुर पूछ सहज कर पावै। जिहो जिहा जीव का पूर्वला कर्म है तिहो जी कहिंदे क्रिया विच जीव लिव लाउंदा। जे सतगुरां पासों परमेश्वर प्राप्ति का राह पुछे तां सुभावक ही सरूप घर नूं प्राप्त कर लैंदा। राग नाद मन दूजै पाए, अंतर कपट महा दुख पाए। जिन्ना चिर मन द्वैत भाव विच लग रहा है उन्ना चिर राग नाद दी भाव राग दी जिहड़ी नाद हुंदी आ अलापचारी करनी है बेअर्थी है। अंदरले कपट करके बड़े भारी दुख नूं पाउंदा है। कोई गावै रागी नादी बेदी बहु भांत कर नहीं हर हर पीजै राम राज है। जिन्हां अंतर कपट विकार है तिन्हां रोए क्या कीजै। सतगुर भेटै सोझी पाए, सच्चै नाम रहै लिव लाए। सतगुरां नूं मिल के सच्चे नाम दे नाम विच नामी दे नाम विच सो सिमरन दे विच लिव लगा के रहना करे। सिमरन दा मतलब ध्यान करना। सिमरन कला नहीं, इह वाहिगुरु करना सिमरन नहीं हुंदा। वाहिगुरु कह के फिर वाहिगुरु च ध्यान लाउण दा नाम सिमरन है। सिमरन विच लिव लगा के रहना करे तां सरूप दी सोझी पा लैंदा, ज्ञात पा लैंदा कि मेरा उही सरूप है जिहड़ा वाहिगुरु दा है, तां ते मैं वाहिगुरु ही हां। बे मैं इह सारियां चीज़ां छड्ड दिओ, वाहिगुरु ही आपां। इउं सोच के जे आपां सोचदे मैं फलाना सिंह हां फलाना बंदा, फिर अपने नाल चीज़ां जुड़ जांदियां बाहरलियां। जे कहो मैं आत्मा परमात्मा वाहिगुरु ही हां, फिर आपां अंदरों जुड़ जांदे हां। सच्चा शब्द सच कमावै, सच्ची बाणी हर गुण गावै। सच्चे गुरां दे उपदेश द्वारा सच नाम नूं कमावे अते सच्ची बाणी द्वारा हरी गुणां नूं गावे। निज कर वास अमर पद पावै, तां दर सच्चै सोभा पावै। तां अमर पद रूप निज घर विच निवास पाउंदा। अमर पद हुंदा ज्ञान नूं पा के अपने सरूप घर विच वसदा, तां ही सतसंग रूप सच्चे दरबार अंदर शोभा नूं पाउंदा। गुर सेवा बिन भगत न होई, अनेक जतन करै जे कोई। सारे कहिंदे मैं भगती करनी है, मैनूं नामदान चाहीदा, बंदगी नहीं हुंदी, मन नहीं टिकदा, बाणी पढ़नी है, पर इहदे लई कुछ करना तां पऊगा। कहिंदे पहलां सेवा करो। गुर सेवा कीते बिना वाहिगुरु दी भगती प्राप्त नहीं हुंदी, भगती पूर्ण नहीं हुंदी सेवा तों बिना। चाहे कोई अनेक तरह दे जतन कर लो, भगती कल्ली नहीं करनी। गुरु घर दे विच सेवा ते सिमरन दोन्ने है, पहलां सेवा करनी पैणी है, फिर कृपा हुंदी है। हउ मैं मेरा सब देखोई, निर्मल नाम बसै मन सोई। महाराज फरमाउंदे गुर शब्द द्वारा हंगता ममता ते मेर तेर नूं खोई हुंदा नाश करे, तां उस प्रभु दा निर्मल नाम मन विच आ के वसदा। इस जग में शब्द करनी है सार, बिन शब्द है होर मोह गुबार। इस संसार विच गुर उपदेश रूप करनी सार भाव श्रेष्ठ है। गुर शब्द तो बिना होर जिन्ने भी कर्म करने हन यह सारे मोह दा गुबार ही है। गुबार हुंदा धुप गाढ़ा हनेरा। गुर शब्द तो बिना होर जिहड़ा मोह करना है यह गुबार भाव हनेरा रूप ही है। शब्दे नाम रखै उतार, शब्दे गत मत मोख द्वार। गुर शब्द द्वारा हिरदे च नाम नूं धारण करके रखे, गुर शब्द दी गत हुंदी प्राप्ति करके ही मत हुंदा बुद्धि विच मोख द्वार, ज्ञान प्राप्त हुंदा। आवर नाहीं कर देखण हारो, साचा आप अनूप अपारो। परमेश्वर तो बिना होर कोई ना जगत दे करन वाला ना ही वेखण वाला है। वह अनूप उपमा तो रहत अपारो, बेअंत गुणा वाला सच्चा प्रभु आप ही संसार दे करन वाला है ते आप ही वेखण वाला है। आराम नाम उत्तम गत होई, नानक खोज लहै जन कोई। महाराज कथन करदे आराम नाम जपने करके उत्तम गति की प्राप्ति हुंदी है, पर कोई विरला बंदा ही उहनूं खोज लैंदा। प्रभाती महला पहला, माया मोह सगल जग छाया। कामण देख काम लोभ आया, सारे जगत च माया का मोह छा रहा। कामण भाव इस्त्री नूं वेख के कामी पुरश लभाएमान हो रहा। सुत कंचन स्यों हेत वधाया, सब किश अपना एक राम पराया। पुत्र आदिक सोना गहने आदिक हेत दे नाल मोह वधाया होया। होर तां सब कुछ अपना मन्निया, पर एक राम नाम नूं कहिंदे इह बगाना ही है। राम नाम जपण दी लोड़ ही नहीं समझदा। ऐसा जाप जपो जप माली,
दुख सुख पर हर भगत निराली रहाओ। ए जप माली, माला फेरन वाले बंदिया माला लेके हजा जाप जपना कर। दुख सुख दे देन वाले कर्मां नूं त्याग के संसार तो निरालियां करन वाली भगती कर। रहाओ विश्राम दे के फरमाउंदे हन, गुण निधान तेरा अंत न पाया, साच शब्द तुझ माहे समाया। ये शुभ गुणा दे खजाने वाहिगुरु आप जी का अंत किसी ने नहीं पाया। जिहदा मन सच्चे शब्द विच लग्या उही जीव तेरे विच समा गया। आवा गाउण तो दे आप रचाया, सेई भगत जिन साचे चित लाया। ये जिहड़ा आवा गाउण है, जमना मरना है, जिन्होंने बनाया परमात्मा ने, सो जिन्होंने सच नाम सिमन चित लाया उही आप दे असल भगत हैं। ये आना जाना जमना मरना थोड़ा ही बनाया होया। जिस परमात्मा ने यह बनाया उहदे च चित लाओ। ज्ञान ध्यान नर हर निरबाणी, बिन सतगुर भेटे कोय न जानी। नरा दे हरे करन वाले निर्बंध परमात्मा दे ज्ञान ध्यान नूं ते सतगुरां दे मिले तो बिना कोई मनुख जान नहीं सकदा परमात्मा नूं, उहदे ज्ञान ध्यान नूं। महाराज ने वचन किया, जे सौ चंदा उगवै सूरज चढ़े हजार, एते चानण होंदिआं गुरबिन घोर अंधार। सगल सरोवर जोत समाणी, आनंद रूप बिटहों कुरबाणी। सारिया शरीरां रूप सरोवरों के तलावों के जिहदी जोत जिहड़ी हैगी चेतन सत्ता है समा रही है। मैं उस आनंद स्वरूप परमात्मा तो कुरबान जांदा भाई। भाओ भगत गुरमती पाए, औमै विचों शब्द जलाए। गुरसिख्या द्वारे प्रेमा भगती नूं पौणा करे, ਅਤੇ ਗੁਰ ਸ਼ਬਦ ਦੁਆਰਾ ਹਿਰਦੇ ਵਿੱਚੋਂ ਹੰਕਤਾ ਮਮਤਾ ਨੂੰ ਜਲਾਏ ਭਾਵ ਸਾੜ ਨਾ ਕਰੇ। ਧਾਵਤ ਰਾਖੈ ਠਾਕ ਰਹਾਏ, ਸੱਚਾ ਨਾਮ ਮਨ ਵਸਾਏ। 1343 ਅੰਗ 'ਤੇ ਫਰਮਾਉਂਦੇ ਮਹਾਰਾਜ ਕਿ ਧਾਵਤ ਹੁੰਦਾ ਦੌੜਦੇ ਮਨ ਨੂੰ ਵਸ 'ਚ ਰੱਖੇ। ਇੰਦਰੀਆਂ ਨੂੰ ਵੀ ਥੋੜ੍ਹਾ ਜਿਹਾ ਰੋਕ ਕੇ ਰੱਖੋ, ਖਿੱਚ ਕੇ ਅੱਖਾਂ ਬੰਦ ਕਰਕੇ ਰੱਖੋ, ਕੰਨਾਂ ਨਾਲ ਬਾਹਲੀ ਸੁਣਨ ਦੀ ਲੋੜ ਨਹੀਂ ਕੁਛ ਹੋਰ, ਬਾਣੀ ਤੋਂ ਬਿਨਾਂ, ਕੀਰਤਨ ਕਥਾ ਤੋਂ ਬਿਨਾਂ। ਮੂੰਹ ਨੂੰ ਥੋੜ੍ਹਾ ਰੋਕ ਕੇ ਰੱਖੋ ਜ਼ਬਾਨ ਨੂੰ। ਸਤਿਗੁਰੂ ਕਹਿੰਦੇ ਫੇਰ ਹੀ ਉੱਧਰ ਨੂੰ ਵੱਧ ਹੋਊਗਾ ਕਿ ਥਾਂ 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 ਅੱਖਾਂ ਲੱਗੀਆਂ, ਕੰਨ ਉੱਧਰ ਗਏ, ਮੂੰਹ ਇੱਥੇ ਪਰਮਾਤਮਾ ਤੱਕ ਪਹੁੰਚ ਸਕਣਾ। ਰੋਕ ਕੇ ਰੱਖੋ ਅਤੇ ਸੱਚੇ ਪ੍ਰਭੂ ਦੇ ਨਾਮ ਨੂੰ ਮਨ ਵਿੱਚ ਵਸਾਉਣਾ ਕਰੇ। ਬਿਸਮ ਬਿਨੋਦ ਰਹੇ ਪਰਮਾਦੀ, ਗੁਰਮਤ ਮਾਨਿਆ ਏਕ ਲਿਵ ਲਾਗੀ। ਬਿਸਮ ਤੋਂ ਭਾਵ ਵਿਸ਼ਿਆਂ ਦੇ ਬਿਨੋਦ, ਜਿਹੜੇ ਕੌਤਕਾਂ ਵਿੱਚ ਲੱਗ ਕੇ ਜੀਵ ਪਰਮਾਦੀ ਹੋ ਗਿਆ, ਝੱਲਾ ਮੂਰਖ ਮਸਤਾਨਾ ਹੋ ਗਿਆ। ਇਹ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੋਵੇ ਜੀ? ਮਹਾਰਾਜ ਕਹਿੰਦੇ ਜਿਹਨੇ ਗੁਰਮਤ ਮੰਨਿਆ, ਗੁਰਸਿੱਖਿਆ ਨੂੰ ਮੰਨਿਆ ਭਾਈ, ਉਹਦੀ ਬਿਸਮ ਹੁੰਦੀ, ਬਿਸਮ ਬਿਨੋਦ ਅਸ਼ਚਰਜ ਕੌਤਕਾਂ ਦੇ ਕਰਨ ਵਾਲੇ ਇੱਕ ਪਰਮਾਤਮਾ 'ਚ ਲਿਵ ਲੱਗੀ ਹੈ। ਜਿਹਦੀ ਲਿਵ ਲੱਗੀ ਹੈ ਉਹ ਸਾਰਿਆਂ ਦੀ ਆਦੀ ਪਾਵਾਦ ਰੂਪ ਪਰਮ ਹੁੰਦਾ, ਉਤਕ੍ਰਿਸ਼ਟ ਪਰਮਾਤਮਾ ਨੂੰ ਦੇਖ ਰਹੇ। ਉਤਕ੍ਰਿਸ਼ਟ ਹੁੰਦਾ ਬਹੁਤ ਉੱਚਾ, ਸਭ ਤੋਂ ਉੱਚਿਆਂ ਤੋਂ ਉੱਚਾ, ਸਿਰੇ ਦਾ ਉੱਚਾ। ਉਹ ਦੇਖ ਨਿਵਾਰਿਆ ਜਲ ਮਹਿ ਆਗੀ, ਸੋ ਬੂਝੈ ਹੋਵੈ ਵਡਭਾਗੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਦੁਬਾਰਾ ਪੜ੍ਹਦੇ ਫਿਰ, ਦੇਖ ਨਿਵਾਰਿਆ ਜਲ ਮਹਿ ਆਗੀ, ਸੋ ਬੂਝੈ ਹੋਵੈ ਵਡਭਾਗੀ। ਸੋ ਜਲ ਆਦਿਕ ਤੱਤਾਂ ਵਿੱਚ ਵਿਆਪਕ ਪਰਮੇਸ਼ਰ ਨੂੰ ਦੇਖਿਆ ਤਾਂ ਤ੍ਰਿਸ਼ਨ ਅੱਗ ਨੂੰ ਨਿਵਿਰਤ ਕਰਤਾ, ਆਗੀ ਅਗਿਆਨਤਾ ਨੂੰ ਨਿਵਿਰਤ ਕਰ ਦਿੱਤਾ। ਜਲ ਅਤੇ ਅੱਗ ਪੰਜ ਤੱਤਾਂ ਵਿੱਚ ਪਰਮੇਸ਼ਰ ਨੂੰ ਦੇਖ ਕੇ ਆਪਾ ਪਾ ਅਹੰਕਾਰ ਨੂੰ ਨਿਵਿਰਤ ਕਰਤਾ। ਇਸ ਗੱਲ ਨੂੰ ਉਹ ਜੀਵ ਸਮਝਦਾ ਜੋ ਵੱਡਿਆਂ ਭਾਗਾਂ ਵਾਲਾ ਹੁੰਦਾ। ਅਸਲ ਵਿੱਚ ਸਾਰਾ ਕੁਛ ਉਹ ਆਪ ਹੀ ਹੈ। ਪਾਣੀ ਪੀਂਦੇ ਹਾਂ ਅਤੇ ਪਾਣੀ ਕਿਹੜਾ ਕੋਈ ਹੋਰ ਹੈ, ਪਾਣੀ ਵੀ ਤਾਂ ਪਰਮੇਸ਼ਰ ਆਪ ਹੀ ਬਣਿਆ ਹੋਇਆ। ਅਕਲ ਦੀ ਗੱਲ ਨਹੀਂ ਸਮਝਦੇ, ਪਰ ਜਿੱਦਣ ਨੂੰ ਕੋਈ ਚੱਲੇ ਤਾਂ ਟਾਈਮ ਹੋਵੇ ਤਾਂ ਕੱਢੇ ਬੰਦਾ। ਪਾਣੀ ਵੀ ਪਰਮੇਸ਼ਰ ਆਪ ਹੀ ਬਣਿਆ ਹੋਇਆ, ਅਗਨੀ ਵੀ ਆਪ ਹੀ ਹੈ, ਧਰਤੀ ਰੂਪ ਵੀ ਆਪ ਹੀ ਹੈ, ਆਕਾਸ਼ ਵੀ ਆਪ ਹੀ ਹੈ, ਆਪੇ ਆਪ ਆਪੇ ਆਪ ਸਭ ਕੁਛ ਆਪ ਹੀ ਆ। ਪਰ ਇਹ ਗੱਲ ਦੀ ਗੁਰਮੁਖਾਂ ਨੂੰ ਤਾਂ ਸਮਝ ਲੱਗ ਜਾਂਦੀ ਹੈ, ਅਤੇ ਮਨਮੁੱਖ ਜਿਹੜੇ ਹੈ ਉਹਨਾਂ ਨੂੰ ਨਹੀਂ ਸਮਝ ਲੱਗਦੀ ਕਿ ਦੁੱਖ ਰੂਪ ਵੀ ਆਪ ਹੈ, ਸੁੱਖ ਰੂਪ ਵੀ ਆਪ ਹੈ, ਛਾਂ ਵੀ ਆਪ ਹੈ, ਧੁੱਪ ਵੀ ਆਪ ਹੈ, ਕੌੜਾ ਵੀ ਆਪ ਹੀ ਹੈ, ਮਿੱਠਾ ਵੀ ਉਹ ਆਪ। ਜਦੋਂ ਆਪਾਂ ਸਾਰਿਆਂ 'ਚ ਦੇਖਣੀ ਉਹਨੂੰ ਲੱਗ ਜਾਈਏ, ਕੌੜਾ ਕੌੜਾ ਨਹੀਂ ਲੱਗਦਾ, ਮਿੱਠਾ ਮਿੱਠਾ ਨਹੀਂ ਲੱਗਦਾ, ਨਾ ਧੁੱਪ ਲੱਗੇ ਨਾ ਛਾਂ ਲੱਗੇ, ਮਾਇਆ ਸਾਰੀ। ਫਿਰ ਕੀ ਹੈ, ਕਿਉਂਕਿ ਪ੍ਰੋਟੈਕਸ਼ਨ ਹੋ ਜਾਂਦੀ ਚਾਰੇ ਪਾਸੇ, ਚੌਗਿਰਦ ਹਮਾਰਾ ਰਾਮਕਾਰ, ਦੁੱਖ ਲੱਗਾ ਨਾ ਭਾਈ। ਸਤਿਗੁਰ ਸੇਵੇ ਭਰਮ ਚੁਕਾਏ, ਆਨ ਦਿਨ ਜਾਗੈ ਸੱਚ ਲਿਵ ਲਾਏ।
ਭਰਮ ਨੂੰ ਦੂਰ ਕਰਕੇ ਸਤਿਗੁਰਾਂ ਨੂੰ ਸੇਵਨਾ ਕਰੇ ਅਤੇ ਸੱਚੀ ਲਿਵ ਲਗਾਉਣ ਵਿੱਚ ਰਾਤ ਦਿਨ ਜਾਗਣਾ ਕਰੇ। ਏਕੋ ਜਾਣ ਹੈ ਅਵਰ ਨਾ ਕੋਏ, ਸੁਖਦਾਤਾ ਸੇਵੇ ਨਿਰਮਲ ਸੋਏ। ਏਕੋ ਜਾਣ ਹੈ ਅਵਰ ਨਾ ਕੋਏ, ਸੁਖਦਾਤਾ ਸੇਵੇ ਨਿਰਮਲ ਹੋਏ। ਇੱਕ ਵਾਹਿਗੁਰੂ ਨੂੰ ਜਾਣੇ, ਉਸ ਤੋਂ ਬਿਨਾਂ ਹੋਰ ਕਿਸੇ ਨੂੰ ਨਾ ਜਾਣੇ। ਨਿਰਮਲ ਮਨ ਹੋ ਕੇ ਸੁਖਦਾਤੇ ਪ੍ਰਭੂ ਨੂੰ ਸੇਵਨਾ ਕਰੇ। ਬੈਠਾ ਤਾਂ ਸਾਰਿਆਂ 'ਚ ਆਪ ਹੀ ਹੈ, ਇਹ ਤਾਂ ਉਹ ਆਪਣੇ ਮਨ ਦੇ ਰੰਗ ਜਿਹੇ ਹੁੰਦੇ ਨੇ। ਉਹ ਲੈਣਾ, ਆਹ ਕਰਨਾ, ਆਹ ਕਰਨਾ ਹੈ, ਫਲਾਨਾ ਢਿਮਕਾ, ਕੁਛ ਵੀ ਕਰ ਲਓ, ਬੈਠਾ ਤਾਂ ਫਿਰ ਉਹ ਆਪ ਹੀ ਹੈ ਸਾਰਿਆਂ ਥਾਵਾਂ। ਸੇਵਾ ਸੁਰਤ ਸ਼ਬਦ ਵਿਚਾਰ, ਜਪ ਤਪ ਸੰਜਮ ਹਉਮੈ ਮਾਰ। ਸੇਵਾ ਵਿੱਚ ਸੁਰਤ ਜੋੜ ਕੇ ਜੋ ਗੁਰ ਸ਼ਬਦ ਦਾ ਵਿਚਾਰ ਕਰਦਾ ਹੈ, ਉਹ ਜਪ ਤਪ ਸੰਜਮ ਆਦਿਕ ਸਾਧਨ ਕਰਕੇ ਹਉਮੈ ਨੂੰ ਮਾਰਦਾ। ਜੀਵਨ ਮੁਕਤ ਜਾਂ ਸ਼ਬਦ ਸੁਣਾਏ, ਸੱਚੀ ਰਹਿਤ ਸੱਚਾ ਸੁੱਖ ਪਾਏ। ਜਾਂ ਗੁਰਾਂ ਦੇ ਸ਼ਬਦ ਸੁਣਨ ਵਿੱਚ ਆਵੇ ਤਾਂ ਜੀਵਨ ਮੁਕਤ ਅਵਸਥਾ ਨੂੰ ਪ੍ਰਾਪਤ ਹੁੰਦਾ। ਸੱਚੀ ਰਹਿਣੀ ਜਿਹੜੀ ਰਹਿਣੀ ਵਿੱਚ ਰਹਿਣ ਕਰਕੇ ਸੱਚੇ ਸੁੱਖ ਨੂੰ ਪਾਉਂਦਾ। ਸੱਚੀ ਰਹਿਤ ਜਿਹੜੀ ਗੁਰੂ ਨੇ ਬਖਸ਼ਿਸ਼ ਕੀਤੀ ਦਸਵੇਂ ਪਾਤਸ਼ਾਹ ਨੇ ਹੁਣ ਆਪਾਂ ਨੂੰ। ਹੁਣ ਜੇ ਪੁਰਾਣੀ ਗੱਲ ਕਰੀਏ ਕਿ ਪਹਿਲਾਂ ਰਹਿਤ, ਪਹਿਲਾਂ ਵਾਲੀ ਰਹਿਤ ਇੱਕੋ ਹੀ ਚੀਜ਼ ਸੀ, ਰਹਿਤ 'ਚ ਮਾੜੀ ਜਿਹੀ ਤਬਦੀਲੀ ਲਿਆਂਦੀ ਹੈ। ਉਹ ਤਾਂ ਉਨਾ ਕੁ ਲਿਆਉਣਾ ਹੀ ਸੀ ਉਹਨਾਂ ਨੇ, ਕਿਉਂਕਿ ਹੁਕਮ ਸੀ ਅਕਾਲ ਪੁਰਖ ਜੀ ਦਾ ਪਹਿਲਾਂ। ਇਸ ਪ੍ਰਕਾਰ ਸੱਚੀ ਰਹਿਤ ਸੱਚਾ ਸੁੱਖ ਹੋਏ, ਸੱਚੀ ਰਹਿਤ ਸੱਚਾ ਸੁੱਖ ਪਾਏ, ਦੋਨੋਂ ਪੰਗਤੀਆਂ ਹੀ ਹੈ। ਸੁਖ ਦਾਤਾ ਦੁੱਖ ਮੇਟਣ ਹਾਰਾ, ਵਰਨਾ ਸੂਜਸ ਬੀਜੀ ਕਾਰਾ। ਜੋ ਪ੍ਰਭੂ ਸੁੱਖਾਂ ਦੇ ਦੇਣ ਵਾਲਾ ਅਤੇ ਦੁੱਖਾਂ ਦੇ ਮੇਟਣੇ ਵਾਲਾ, ਉਹ ਤੋਂ ਬਿਨਾਂ ਸਾਨੂੰ ਹੋਰ ਕੋਈ ਦੂਜੀ ਜਿਹੜੀ ਕਾਰ ਹੈ ਉਹ ਸੁੱਝਦੀ ਨਹੀਂ ਹੈ। ਬੀਜੀ ਹੁੰਦੀ ਦੂਜੀ, ਇਹ ਕਈ ਵਾਰ ਅੱਖਰ ਆ ਚੁੱਕਿਆ। ਤਾਨ ਮਨ ਤਾਨ ਹਰ ਆਗੈ ਰਾਖਿਆ, ਨਾਨਕ ਕਹਿ ਮਹਾਰਸ ਚਾਖਿਆ। ਸੋ ਮਹਾਰਾਜ ਕਥਨ ਕਰਦੇ ਹਨ, ਜਿਨ੍ਹਾਂ ਨੇ ਤਾਨ ਮਨ ਧਾਨ ਆਦਿਕ ਹਰੀ ਸਰੂਪ ਗੁਰਾਂ ਦੇ ਅੱਗੇ ਰੱਖਿਆ, ਸੋ ਉਹਨੇ ਮਹਾਂ ਆਤਮ ਰਸ ਨੂੰ ਚੱਖਣਾ ਕੀਤਾ। ਪ੍ਰਭਾਤੀ ਮਹੱਲਾ ਪਹਿਲਾ, ਨਾਮ ਤੋਂ ਬਿਨਾਂ ਭਾਈ ਹੋਰ ਸਾਰੇ ਕਰਮ ਐਵੇਂ ਬੇਅਰਥੀ ਹੈ। ਨਾਮ ਤੋਂ ਬਿਨਾਂ ਜਿਹੜੇ ਲੋਕ ਹੁਣ ਕਈ ਕਰਮ ਕਰੀ ਜਾਂਦੇ ਨੇ, ਕਰੀ ਜਾਓ ਪਾਣੀ 'ਚ ਮਧਾਣੀ ਹੈ। ਮਹਾਰਾਜ ਫਿਰ ਕੀ ਕਰੀਏ, ਪਹਿਲੇ ਪਾਤਸ਼ਾਹ ਫਰਮਾਉਂਦੇ ਆ, ਨਿਵਲੀ ਕਰਮ ਭੁਅੰਗਮ ਭਾਠੀ ਰੇਚਕ ਪੂਰਕ ਕੁੰਭ ਕਰੈ। ਸੋ ਸਤਿਗੁਰੂ ਮਹਾਰਾਜ ਪਾਵਨ ਬਚਨ ਫਰਮਾਉਂਦੇ ਹਨ ਕਿ ਨਿਵਲੀ ਕਰਮ, ਨੇਤੀ ਧੋਤੀ ਕਰਨੀ, ਧਾਗਾ ਬਣਾ ਕੇ ਮੂੰਹ 'ਚ ਪਾ ਕੇ ਨਾਸਾਂ ਰਾਹੀਂ ਖਿੱਚਣਾ, ਨਾਸਕਾਂ ਵਿੱਚ ਪਾ ਕੇ ਮੂੰਹ 'ਚੋਂ ਬਾਹਰ ਕੱਢਣਾ, ਇਹਨੂੰ ਨੇਤੀ ਕਹਿੰਦੇ ਆ। ਇਹਦੇ ਕਰਨ ਨਾਲ ਬਲਗਮ ਸਾਫ਼ ਹੁੰਦੀ ਹੈ। ਹੁਣ ਇਹ ਤਾਂ ਨਹੀਂ ਵੀ ਰੱਬ ਮਿਲ ਗਿਆ ਤੈਨੂੰ, ਬਰੀਕ ਕੱਪੜਾ ਤਿੰਨ ਉਂਗਲ ਚੌੜਾ 17 ਉਂਗਲ ਲੰਬਾ ਮੂੰਹ 'ਚ ਪਾ ਕੇ, ਸੋ ਉਹਨੂੰ ਗੁਦਾ ਦੇ ਰਾਹੀਂ ਕੱਢਣਾ, ਸਭ ਨਾੜੀਆਂ ਸਾਫ਼ ਕਰਨੀਆਂ, ਇਹਨੂੰ ਧੋਤੀ ਕਹਿੰਦੇ ਆ। ਇਤਿਹਾਦਿਕ ਕਰਮ ਕਰਨੇ, ਭੁਅੰਗਮ ਨਾੜੀ ਨੂੰ ਭੱਠੀ ਵਾਂਗੂ ਤਪਾਉਣਾ, ਦਸਮ ਦੁਆਰ ਵਿੱਚ ਪ੍ਰਾਣਾਂ ਦਾ ਪੂਰਕ ਹੁੰਦਾ ਚੜ੍ਹਾਉਣਾ ਅਤੇ ਕੁੰਭ ਹੁੰਦਾ ਠਹਿਰਾਉਣਾ, ਰੇਜਕ ਹੁੰਦਾ ਉਤਾਰਨਾ ਵੀ ਕਰੇ। ਬਿਨ ਸਤਿਗੁਰ ਕਿਛ ਸੋਝੀ ਨਾਹੀ, ਭਰਮੇ ਭੁੱਲਾ ਬੂਡ ਮਰੈ। ਫਿਰ ਵੀ ਸਤਿਗੁਰਾਂ ਤੋਂ ਬਿਨਾਂ ਕੁਛ ਸੁੱਝ ਨਹੀਂ ਆਉਂਦਾ ਇਹਨੂੰ, ਭਰਮ ਵਿੱਚ ਭੁੱਲਿਆ ਹੋਇਆ ਮੋਹ, ਇਹ ਜੀਵ ਜਿਹੜਾ ਮੋਹ ਦੇ ਵਿੱਚ ਐਵੇਂ ਡੁੱਬ ਕੇ ਮਰ ਮਰ ਜਾਂਦਾ। ਅੰਧਾ ਭਰਿਆ ਭਰ ਭਰ ਧੋਵੈ, ਅੰਤਰ ਕੀ ਮਲ ਕਦੇ ਨਾ ਲਹੈ। ਸਤਿਗੁਰੂ ਮਹਾਰਾਜ ਪਾਵਨ ਬਚਨ ਫਰਮਾਉਂਦੇ ਹਨ ਇਸ ਪ੍ਰਕਾਰ, ਬਈ ਅੰਨਾ ਗਿਆਨੀ ਜੀਵ ਪਾਪਾਂ ਨਾਲ ਭਰਿਆ ਲਿਬੜਿਆ ਹੋਇਆ, ਭਰ ਹੁੰਦਾ ਭਲੀ ਪ੍ਰਕਾਰ ਸਕਾਮ ਕਰਮਾਂ ਦੇ ਕਰਨੇ ਰੂਪ, ਜਲ ਨੂੰ ਭਰ ਕੇ ਉਹਨਾਂ ਪਾਪਾਂ ਨੂੰ ਧੋਂਦਾ, ਇਸ ਤਰ੍ਹਾਂ ਕਰਨ ਅੰਦਰ ਮੈਲ ਕਦੇ ਨਹੀਂ ਉਤਰਦੀ। ਭਾਵ ਇੱਥੇ ਕੀ ਆ, ਵੀ ਜਿਹੜਾ ਪਾਠ ਕਰਕੇ ਫਿਰ ਸਕਾਮ ਸਹਿਤ ਕਾਮਨਾ ਦੇ ਮੈਨੂੰ ਆਹ ਮਿਲੇ ਆਹ ਮਿਲੇ ਆਹ ਮਿਲੇ, ਪਾਠ ਕਰਨਾ ਇੱਛਾ ਜ਼ਿਆਦੇ। ਇੱਕ ਸੁਖਮਨੀ ਸਾਹਿਬ ਪੜ੍ਹਦਾ, 100 ਮੰਗਾਂ ਮੰਗਦਾ, ਬਾਅਦ 'ਚ ਉੱਠ ਕੇ ਕਹਿੰਦਾ ਮਨ ਨਹੀਂ ਟਿਕਿਆ ਜੀ। ਉਹ ਮਹਾਰਾਜ ਕਹਿੰਦੇ ਸੁਖਮਨੀ ਸਾਹਿਬ ਤਾਂ ਸਾਰਾ ਉੱਧਰ ਹੀ ਲਾਤਾ ਪਦਾਰਥਾਂ ਦੀ ਪ੍ਰਾਪਤੀ 'ਚ, ਮਨ ਦੇ ਟਿਕਾਉਣ ਵਿੱਚ ਲਾਉਣਾ ਸੀ ਨਾ। ਸੰਕਲਪ ਤਾਂ ਕਰਦਾ ਮੈਨੂੰ ਗੱਡੀ ਮਿਲ ਜੇ, ਮੇਰਾ ਕੰਮ ਬਣ ਜੇ, ਨੌਕਰੀ ਲੱਗ ਜਾ, ਪੈਸੇ ਵੱਧ ਜਾਣ, ਸਾਡੇ ਲੜਕਾ ਹੋ ਜੇ, ਸਾਡੇ ਆਹ ਹੋ ਜੇ, ਸਾਡੇ ਆਹ ਹੋ ਜੇ। ਬਾਣੀ ਪੜ੍ਹਦੇ ਇਹੋ ਜਿਹੇ ਸੰਕਲਪ ਕਰੀ ਜਾਂਦੇ ਹੋ ਕਿ ਮਨ ਨੇ ਕਿੱਥੇ ਟਿਕਣਾ। ਸਿਰਫ ਮਨ ਦੇ ਟਿਕਾਉਣ ਲਈ ਹੀ ਸੁਖਮਨੀ ਸਾਹਿਬ ਕਰੋ, ਫਿਰ ਮਨ ਟਿਕ ਵੀ ਜਾਂਦਾ, ਮਹਾਰਾਜ ਕਹਿੰਦੇ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਫਰਮਾਉਂਦੇ ਹਨ, ਇਹ ਜਿਹੇ ਪੁੱਠੇ ਕੰਮ ਲੋਕ ਕਰਦੇ ਨੇ, ਉਹਦੇ ਕਰਕੇ ਸਕਾਮ ਕਰਮਾਂ ਦੇ ਨਾਲ ਫਿਰ ਮੈਲ ਉਤਰਦੀ ਨਹੀਂ। ਨਾਮ ਬਿਨਾਂ ਫੋਕਟ ਸਭ ਕਰਮਾਂ, ਜਿਉਂ ਬਾਜੀਗਰ ਭਰਮ ਭੁੱਲੈ। ਨਾਮ ਸਿਮਰਨ ਤੋਂ ਬਿਨਾਂ ਸਾਰੇ ਕਰਮ ਨਿਸਫਲ ਨੇ। ਜਿਵੇਂ ਬਾਜੀਗਰ ਦੀ ਖੇਡ ਨੂੰ ਵੇਖ ਕੇ ਇਹ ਅਗਿਆਤ ਜੀਵ ਭਰਮ ਵਿੱਚ ਭੁੱਲਿਆ ਹੋਇਆ ਖੁਸ਼ ਹੁੰਦਾ, ਇਵੇਂ ਜਗਤ ਦੀ ਝੂਠੀ ਮਾਇਆ ਵੇਖ ਕੇ ਜੀਵ ਭਰਮ ਭੁੱਲਿਆ ਹੋਇਆ ਬੜਾ ਖੁਸ਼ ਹੁੰਦਾ। ਖਾਟ ਕਰਮ ਨਾਮ ਨਿਰੰਜਨ ਸੋਈ, ਤੂੰ ਗੁਣ ਸਾਗਰ ਅਵਗੁਣ ਮੋਹੀ ਰਹਾਓ। ਇਹ ਨਿਰੰਜਨ ਪਰਮਾਤਮਾ ਆਪ ਜੀ ਦਾ ਜੋ ਨਾਮ ਹੈ,
मेरे लिए उही खट हुंदा छे प्रकार दे कर्म है। नाम ही सब तो वड्डी चीज आ दसी जांदे आ। कल युग दे विच थोनू कुछ भी करन दी लोड़ नहीं, कुछ नहीं करना, करोगे तां एवें टाइम ही खराब करने वाली गल है। आ जिहड़े हुण पाई जांदे चक्करां च, कई हैगे बाबे जे बने होए आ जां जोतशी जे आ, ऐ कर लो आ कर लो, फिर कड़ा कोई बनदा ठीक है। माड़ा मोटा एवं साइकोलॉजिकल इफेक्ट पैंदा, मैं कीता उह कीता हुण बनूंगा। महाराज कहिंदे पाठ कर ला तां, सवा लख मूल मंत्र कर ला, ना बनिया तां कही नहीं, चल गिनती नहीं करनी तां उहीं करी जा रोज। कई कहिंदे गिनतियां नहीं है गुरु घर च, गिनती तां रखनी पैणी है। फिर 8 घंटे कर ला, चल 4 घंटे कर ला, गिनती तो बाहर नहीं हैगा तू। सो इस प्रकार वह गिनतियां मिणतियां होर होंदियां जिहड़ियां वह कई, इन्हां पता तो है नहीं किसी गल का, कहणगे बाणी च गिनती नहीं होंदी है नहीं। ये बेचारे जिहड़े नकले जे नीम हकीम खतराए जान, यह जिहड़े 4 गल्लां सिख लैंदे ने, यह गल्लां सिख के फिर लोगों नूं गुमराह करी जांदे ने। यह गिणती होर हुंदी आ, वह गिणती होर हुंदी आ, यह गिणती नहीं गिणदे ते इह तां इस प्रकार ऐ तां हुण गुरु ग्रंथ साहिब दे अंग भी तां 1430 ए भी तां गिणती च है, यह गल होर हुंदी आ। शब्दां दी तां गिणती लिखी होई है, सारे दे नां लिखदे महाराज भी गिणती मिणती नहीं भाई, शब्द खुले ही लिखते असी, हरेक शब्द के मगर अंक लाया, हरेक पौड़ी पौड़ी के अंक लाया होया। ये चीज़ होर हुंदी आ, वह गिणती हुंदी अगले नूं गणाउणी, मैं इन्ना किया मैं इन्ना किया, वह होर चीज़ हुंदी आ, फिर कर लै इन्ना। इस प्रकार महाराज कहिंदे जे तू को करना है तो बजमा पाठ रोज़ करी जा, बेईमान हो जाता मन थोड़े दिनों बाद, कहिंदा आके गिणती नहीं करनी, मन ने तो परसों चौथे नूं जाके कहना छड्ड परे की करना। शुरू शुरू दे विच तां गिणती मिणती चलती है, बाद विच कोई गिणती नहीं हुंदी, फिर तां उदों आपां वी कहांगे हाँ भी हुण ब्रह्म ज्ञानी हो गया विचारा। ये पहले ही ब्रह्म ज्ञान की गल करी जांदे आ, आकाश की गल पहलां करी जांदे, धरती की गल ही नहीं करते। पहलां तां जहाज धरती तों ही उड़दा, फिर आसमान विच वी उह गिणतियां मिणतियां रहिंदा, थल्लों उहनूं दसी जांदे ने 170 डिग्री ते चल, हुण तूं 90 ते चढ़ जा, हुण तू इदां हो जा, हुण 145 डिग्री ते, वो सारियां डिग्रियां ही चलदियां जहाज। उत्तर दिशा नूं जाना, नॉर्थ नूं है साउथ नूं जाना, इस प्रकार वो दसदे ने, उत्थे होवे सारियां गिणतियां ही चलदियां, गिणती तों बिना कि चीज़ है। तो इस प्रकार महाराज सच्चे पातशाह फरमाते हैं, अपना बर्थडे तो बड़ा गिण के मनाना, भी हुण मैं 30 साल का हो गया, हुण 40 का हो गया, हुण 3 साल इन्ने हो गए, इन्नी नौकरी दे रह गए, इन्ने मैनूं डालर मिलते हैं, किहड़ी गल गिणती तो बाहर आ तेरी, जां तो फिर सारियां ही छड्ड दे गिणतियां, कोई गिणती ना कर। गुरु घर नूं देण लग्गियां गिण गिण के पैसे दिना, गिण के लैंदा, 1 डालर कितने घट मिले रौला पा जाता उत्थे। इस करके महाराज कहने ये नीम हकीम जिहड़े हुंदे ने, इन्हां नूं पता तो हुंदा नहीं, ये अपना टौर बनाउण वास्ते दुनिया नूं ज्ञान देण लग जांदे ने। तां महाराज कहने हे निरंजन परमात्मा, आप जी का जो नाम है ये मेरे लिए उही खट प्रकार 6 प्रकार के कर्म ने, तू शुभ गुणा का सागर समुंदर है, मेरे विच सारे औगण ही औगण ने, राहो विश्राम दे के फरमाते ने। माया धंधा धावणी दुरमत कार विकार, माया का जो धंधा है उस वल धावणी दौड़ लगा के जीव खोटी मत करके विकारां दी कार करता है, मूर्ख आप गणाएंदा बूझ ना सकै कार। इस विच लग के मूर्ख बंदा अपने आप नूं चंगा गणाउंदा है, आ गई ना उही गल, यह गणाउंदा है, सच्ची कार नूं जाण नहीं सकदा, अपना आप गणाउणा जनाउणा, अपने गिनतियां कर करके दसनियां, अपने गिनती तां अपने अंदर रखनी हुंदी है भी चलो मैं इत्थे तक इन्ने बजे तक करना, इन्ने घंटे करना, इन्नियां माला करनी है। एक हुंदा लोकां नूं गिनतियां गणाउंदा, मैं 4 बजे 2 बजे उठदा, 4 बजे उठदा, 40 माला करदा, मैं 25 वारी हेमकुंड साहब जाया, 50 वारी मैं उत्थे जाया, अज तक मैं 2 लख दान करता। दूजे नूं दसना गणाउणा, यह हुंदी गिनती मिणती, दूजे नूं दसण दी लोड़ नहीं है, बस अपने अंदर ही रखना चाहिदा हिसाब किताब, लोड़ ही नहीं कहण दी। मनसा माया मोहणी मनमुख बोल खुआर, मोहणे वाली माया की मनसा इच्छा विच लग के मनमुख झूठे बोल बचना नूं बोल के कुआर तो भाव खराब हो रहा है। मज्जन झूठा चंडाल का फोकट चार सिंगार, जिवें चंडाल दा इशनान कीता झूठा बाहरले इशनान करके उन्हें कोई ब्राह्मण नहीं हो जाना, बाहरमुखी साधना रूप सुंदर सिंगार भी निष्फल है, क्योंकि बहरंग साधना करके कोई ब्रह्म ज्ञानी नहीं हुंदा,
तो चंडाल होंगे जो मरे हुए डंगर के हड्डा रोड़ी च बैठे होंगे जाके हड्ड जे वेचते उन्होंने खाला ला ला के डंगर दियाँ जो नहा भी लूगा फिर कि पवित्र होजू फिर जाके खाला लाने लग जाना उन्हें वह तो रहा ही हड्डा रोड़ी च झूठी मन की मत है करनी बाद विवाद मन की मत्ती जी झूठी है विवाद झगड़ा रूप करनी भी बाद व्यर्थ है झूठे विच अहंकरण है खसम ना पावे साध वह पुरुष झूठे हैं जिन्हों के हिरदे च हंकार है वह खसम भाव परमात्मा के साध हों आनंद नहीं पाते बिन नावै होर कमावना फिका आवै साध नाम सिमरन तो बिना जिहड़ा होर कर्मा का कमाना उन्हां विच फिका ही स्वाद आउंदा है दुष्टी सभा विगुची है बिख वाती जीवन बाद दुष्टां दी सभा विच जाके विगुची है खराब ही होईदा क्योंकि उन्हां दी बिख वाती जहर रूप गल्लां जिहड़ियां मनुखी जीवन नूं बर्बाद ही करदियां सो उन्हां दे वाती हुंदा मूंह विच व्यौ रूप कौड़े बचन हन अते इस करके उन्हां दा जिउणा बाद है बेअर्थी है ए भ्रम भूले मरो ना कोई सतगुर सेव सदा सुख होई महाराज कहने हे भरम विच भुले हुए जीवो इन्हां कर्मां दे कारण विच कोई भी ना मरो क्यों मरदे हो तंग हुंदे हो सतगुरां दी सेवा कीतियां नित सुख की प्राप्ति हुंदी है महाराज दे कोल बह के कोई सेवा करदा तां नज़र आया नहीं गा जिहड़े रौला पाउंदे ने कोई चौर नहीं करदा मैं देखिया कोई सुख आसन प्रकाश वेले नहीं हुंदा कोई लंगर च नहीं सेवा करदा रौले वाला अपना वखरा ही जथा हैगा बस सिर्फ रौला पाउणा परेशान करना गुरु की करोपी सेहड नहीं है तंग होणगे बाद दे विच हाले तां कोई पता नहीं इन्हां नूं परेशानी फिर खड़ी हो जानी हौली हौली महाराज कहिंदे जिन्ना रौला पाउणा पा लो कूकर दी मियाई रौला पा पा के हंभ जाणगे फिर इन्हां नूं सतगुरु महाराज ने सज़ा दे देनी है फिर इन्हां रोणा भी इसका कदे माड़ा कीता ही नहीं किसी का बिन सतगुर मुक्त किनै ना पाई आव है जा है मर है मर जाई गुरु नानक देव जी महाराज फरमाउंदे भी सतगुरां तो बिना किसी ने मुक्ति नहीं पाई गुरु तो हीणे बंदे जूनियां च आउंदे जांदे मरदे मरदे जमदे मरदे रहिंदे ने इहो शरीर है त्रै गुण धात इस नूं व्यापै सोग संताप ये शरीर जिहड़ा शरीर अपना त्रिगुणात्मक माया दे वाले पासे धावत भाव दौड़ रहा है रजो सतो तमो रूप तीन गुणा करके रचिया होया जो शरीर है ये धात भाव धा जाण वाला है नासवंत है इस शरीर नूं सोग चिंता ते संताप दुख व्याप रहा संताप मतलब दुख सो सेवहो जिस माई ना बाप विचों चूकै तिस ना आर आप वो प्रभु की सेवा करो जिहदा माँ प्यो नहीं है माँ बाप तो बिना ही उन्हां ताता ना माता ना जाता ना पाता है नहीं सेवा करन नाल हिरदे विचों पदार्थां दी तृष्णा ते आपा भा अहंकार दूर हो जांदा जह जह देखा तह तह सोई बिन सतगुर भेटे मुक्त न होई हुण आपा भाव जदों दूर हो गया अहंकार हुण जिथे जिथे देखदे आ उत्थे उत्थे ओह पूर्ण वाहिगुरु व्यापक नजर आउंदा पर सतगुरां दे मिले बिना सतगुरु नूं गुरु धारे तो बिना मुक्ति की प्राप्ति नहीं हुंदी है हिरदै सच ए करनी सार होर सब पा खंड पूज खुआर महाराज फरमाउंदे हिरदे जो सचनाम का धारण करना है यही ही करनी सार श्रेष्ठ है होर जिहड़ा सारा कुछ करन करवाउणा है कर्म धर्म पाखंड जो दीसै तिन जम जा गाती लूटै होर सारी पखंड की पूजा है इस जीव नूं खराब करन वाली है दुबिधा चूकै तां शब्द पछाण कर बाहर एको कर जाण दुबिधा चूकै द्वैत दूर होवे तां ब्रह्म नूं पछाणदा घर बाहर सारे नूं एक रूप करके जाणदा एहा मत शब्द है सार विच दुबिधा मत है पवै छार एहो मती सार श्रेष्ठ है जो गुर बचन गुर शब्द नूं संभालदी है जो जे बुद्धि विच द्वैत है तां सिर उत्ते लांतां रूपी सुआह पैंदी है करनी कीर्त गुरमत सार संत सभा गुण ज्ञान विचार गुरां दी सिक्ख्या द्वारे जो वाहिगुरु की कीर्ति करनी है एहो सार श्रेष्ठ है ये भाई संत सभा विच बैठ के शुभ गुणा का ज्ञान ते विचार करया कर ये बाणी अंदर जिहड़ी सिख सभा गुरसभा सिद्ध सभा सो संत सभा दुष्ट सभा ये पंज सभा के नाम गुरु ग्रंथ साहिब च आउंदे ने एक हुण नवीं बनाई जी अजकल वह है सिंह सभा हौली हौली फिर सिंह सभा भी बन गई पहला सिख सभा होंदी सी हुण सिंह सभा हो गई मन मारे जीवित मर जाण नानक नदरी नदर पछाण
ਸੋ ਜਿਹਨੇ ਮਨ ਦੇ ਸੰਕਲਪ ਮਾਰੇ ਹੈ ਉਸੇ ਨੂੰ ਜੀਵਤ ਭਾਅ ਤੋਂ ਮਰਿਆ ਜਾਣ ਨਾ ਕਰੋ। ਮਹਾਰਾਜ ਕਥਨ ਕਰਦੇ ਉਹਨੇ ਬ੍ਰਹਮ ਦ੍ਰਿਸ਼ਟੀ ਕਰਕੇ ਬ੍ਰਹਮ ਨੂੰ ਪਛਾਣ ਲਿਆ।